ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਤੁਹਾਡਾ ਆਪਣਾ ਜਗਦੀਪ ਜੋਗਾ ਅਤੇ ਤੁਹਾਡਾ ਸਾਰਿਆਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਸਵਾਗਤ ਕਰਦਾ ਜੀ ਤੁਹਾਡੇ ਪਸੰਦੀਦਾ ਚੈਨਲ ਗ੍ਰੈਂਡ ਮੀਡੀਆ ਦੇ ਇਸ ਖੂਬਸੂਰਤ ਪ੍ਰੋਗਰਾਮ ਦੇ ਵਿੱਚ। ਸੋ ਦਿਲ ਦੀਆਂ ਗੱਲਾਂ ਕਰਨ ਦੇ ਲਈ ਅੱਜ ਅਸੀਂ ਸੱਦਾ ਦਿੱਤਾ। ਅਸੀਂ ਪਹੁੰਚੇ ਹਾਂ ਜੀ ਮਾਲਵੇ ਦਾ ਬਹੁਤ ਹੀ ਸੋਹਣਾ ਜ਼ਿਲ੍ਹਾ ਬਰਨਾਲਾ ਅਤੇ ਬਰਨਾਲਾ ਦੇ ਬਿਲਕੁਲ ਸੱਜੀ ਵੱਖੀ ਵਿੱਚ ਵੱਸਦਾ ਪਿੰਡ ਧੌਲਾ। ਧੌਲਾ ਪਿੰਡ ਕਈਆਂ ਕਲਾਂ ਕਰਕੇ ਮਸ਼ਹੂਰ ਹੈ, ਪੰਜਾਬ ਦੇ ਬੜੇ ਸੋਹਣੇ ਸਿਆਣੇ ਅਤੇ ਸੁਸੱਜੇ ਪਿੰਡਾਂ ਦੇ ਵਿੱਚ ਗਿਣਤੀ ਆਉਂਦੀ ਹੈ। ਪਰ ਇਸ ਪਿੰਡ ਨੂੰ ਚਾਰ ਚੰਨ ਲਾਉਂਦਾ ਹੈ ਜੀ ਸਾਡਾ ਲੋਕ ਗਾਇਕ, ਦੁਗਾਣਾ ਗਾਇਕ ਅਤੇ ਸੋਲੋ ਗਾਇਕ ਨਵਦੀਪ ਧੌਲਾ। ਨਵਦੀਪ ਧੌਲਾ ਦਾ ਮੈਂ ਬਚਪਨ ਤੋਂ ਕਹਿ ਸਕਦਾ ਕਿ ਜਦੋਂ ਤੋਂ ਗਾਉਣਾ ਸ਼ੁਰੂ ਕੀਤਾ ਖੁਦ ਬੜਾ ਉਹਨਾਂ ਦਾ ਮੁਰੀਦ ਰਿਹਾ ਉਹਨਾਂ ਦੀ ਆਵਾਜ਼ ਦਾ। ਸੋ ਮੈਨੂੰ ਬੜੀ ਮਿੱਠੀ ਅਤੇ ਕੰਨ ਰਸ ਦਿੰਦੀ ਉਹਨਾਂ ਦੀ ਆਵਾਜ਼। ਸੋ ਦਿਲ ਕੀਤਾ ਕਿ ਅੱਜ ਤੁਹਾਡੇ ਸਾਰਿਆਂ ਦੀ ਰੂਬਰੂ ਕਰੀਏ। ਸਭ ਤੋਂ ਪਹਿਲਾਂ ਨਵਦੀਪ ਧੌਲਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡੇ ਪ੍ਰੋਗਰਾਮ 'ਚ ਆਉਣ ਲਈ, ਬਹੁਤ ਬਹੁਤ ਸ਼ੁਕਰੀਆ। ਗ੍ਰੈਂਡ ਮੀਡੀਆ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਅਤੇ ਜੋਗਾ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਕਿਉਂਕਿ ਪੰਜਾਬੀ ਸੱਭਿਆਚਾਰ ਦੇ ਮੋਰਲੀ ਉਹਨੇ ਬੰਦਿਆਂ ਦੇ ਵਿੱਚੋਂ ਨੇ ਇਹ ਜਿਨ੍ਹਾਂ ਨੇ ਪੰਜਾਬੀ ਮਾਂ ਬੋਲੀ ਨੂੰ ਸੰਭਾਲ ਕੇ ਰੱਖਿਆ ਹੋਇਆ। ਅਤੇ ਗ੍ਰੈਂਡ ਮੀਡੀਆ ਦੀ ਸਮੁੱਚੀ ਟੀਮ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਪਹਿਲੀ ਵਾਰ ਮੈਨੂੰ ਕੈਮਰੇ ਦੇ ਸਾਹਮਣੇ ਆਉਣ ਦਾ ਮੌਕਾ ਦਿੱਤਾ। ਅੱਜ ਤੱਕ ਮੈਂ ਕਦੇ ਕੋਈ ਇੰਟਰਵਿਊ ਨਹੀਂ ਕਰੀ, ਨਾ ਹੀ ਕਿਸੇ ਨੇ ਕਦੇ ਕਿਹਾ ਵੀ ਇੰਟਰਵਿਊ ਕਰਨੀ, ਫਸਟ ਟਾਈਮ ਅੱਜ ਮੈਂ ਤੁਹਾਡਾ ਧਾਰਿਆਂ ਦਾ। ਸੋ ਇਹ ਨਵਦੀਪ ਜਿਹੜੀ ਗੱਲ ਹੈ ਇਹ ਪਰਖ ਦੀ ਗੱਲ ਹੁੰਦੀ ਹੈ ਨਾ, ਜਦੋਂ ਕਿਸੇ ਬੰਦੇ ਦੀ ਕਿਸੇ ਨਜ਼ਰ ਜਿਹੜੀ ਪਾਰਖੂ ਨਜ਼ਰ ਇੱਕ ਪੱਥਰ 'ਤੇ ਚਲੀ ਜਾਂਦੀ ਹੈ ਤਾਂ ਉਹ ਜਿਹੜਾ ਤਰਾਸ਼ਣ ਵਾਲਾ ਹੁੰਦਾ ਬੁੱਤ ਘਾੜਾ ਉਹਨੂੰ ਇੱਦਾਂ ਦਾ ਬਣਾ ਦਿੰਦਾ ਕਿ ਇੱਕ ਮੂਰਤੀ ਬਣ ਜਾਂਦੀ ਅਤੇ ਲੋਕ ਉਹਦੀ ਆਰਾਧਨਾ ਕਰਦੇ ਆ, ਪੂਜਾ ਕਰਦੇ ਆ ਅਤੇ ਉਹ ਤਾਂ ਆਪਣੇ ਦਿਲ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ। ਬਿਲਕੁਲ। ਸੋ ਅੱਜ ਆਪਾਂ ਗੱਲ ਕਰਾਂਗੇ ਸੰਗੀਤ ਦੀ ਜੀ, ਅਤੇ ਸੰਗੀਤ ਦੀ ਸ਼ੁਰੂਆਤੀ ਦੌਰ ਤੁਹਾਨੂੰ ਜਾਂ ਪਹਿਲੀ ਚਿਣਗ ਉਹ ਕਿੱਥੋਂ ਲੱਗੀ ਉਹਦੇ ਬਾਰੇ ਸਾਨੂੰ ਦੱਸੋ। ਚਿਣਗ ਤਾਂ ਜੋਗਾ ਸਾਹਿਬ ਮੇਰੇ ਫਾਦਰ ਸਾਹਿਬ ਤੁਸੀਂ ਜਾਣਦੇ ਹੋ ਜਗਰਾਜ ਧੌਲਾ ਜੀ, ਜੀ ਗਾਉਂਦੇ ਹੁੰਦੇ ਸੀਗੇ, ਸਾਡੇ ਘਰ ਹਾਰਮੋਨੀਅਮ ਆਉਂਦਾ ਸੀ ਜੀ। ਮੈਂ ਛੋਟਾ ਜਿਹਾ ਹੁੰਦਾ ਸੀਗਾ, ਪੇਟੀ ਦੇ ਉੱਪਰ ਮੇਰੀ ਮਾਂ ਦੀ ਪੇਟੀ ਦੇ ਉੱਪਰ ਹਾਰਮੋਨੀਅਮ ਪਿਆ ਹੁੰਦਾ ਸੀ ਜੀ, ਮੈਂ ਆਪਣੇ ਆਪ ਚੜ੍ਹ ਜਾਣਾ ਉਹਦੇ ਉੱਪਰ ਜੀ। ਅਤੇ ਸਾਡੇ ਇੱਥੇ ਪਾਠੀ ਸਿੰਘ ਹੁੰਦੇ ਸੀਗੇ, ਇੱਕ ਸ਼ਬਦ ਗਾਉਂਦੇ ਹੁੰਦੇ ਸੀ ਰਾਮ ਨਾਮ ਤੋਂ ਬਿਨਾਂ ਬੰਦਾ ਮਿੱਟੀ ਦਾ ਮਟੂਕਣਾ, ਉਹਦੀ ਮੈਂ ਤਰਜ਼ ਗਾਉਂਦਾ ਗਾਉਂਦਾ ਹੌਲੀ 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 ਗਾਉਣ ਲੱਗ ਗਿਆ। ਘਰੇਲੂ ਹੀ ਮਾਹੌਲ ਇੱਦਾਂ ਸੀਗਾ ਕਿ ਮੈਨੂੰ ਸ਼ੌਂਕ ਪੈ ਗਿਆ ਇਸ ਚੀਜ਼ ਦਾ ਜੀ। ਫਿਰ ਚੱਲ ਸੋਚਾ ਪਹਿਲੀ ਉਹ ਕਿਹੜੇ ਬੋਲ ਸੀ ਜਿਹੜਾ ਆਪਾਂ ਬੱਚੇ ਨੂੰ ਕਹਿੰਦੇ ਚੱਲ ਵੀ ਨਵਦੀਪ ਸਾਨੂੰ ਆਹ ਸੁਣਾ ਯਾਰ, ਆਪਣੇ ਪਰਿਵਾਰ ਦੇ ਮੈਂਬਰ ਤੁਹਾਨੂੰ ਜ਼ਰੂਰ ਕਹਿੰਦੇ ਹੋਣਗੇ। ਫਸਟ ਟਾਈਮ ਸਾਡੇ ਪਿੰਡ ਧੌਲਾ ਦੇ ਵਿੱਚ ਮੈਂ ਛੋਟਾ ਜਾਂਦਾ ਸੀ, ਮੇਰਾ 4-5 ਸਾਲ ਸਾ ਇੰਨਾ ਕੁ ਸੀਗਾ ਉਦੋਂ। ਭਾਈ ਮੰਨਾ ਸਿੰਘ ਜਿਨ੍ਹਾਂ ਨੂੰ ਸਾਰੀ ਦੁਨੀਆ ਜਾਣਦੀ ਹੈ, ਗੁਰਸ਼ਰਨ ਭਾਅ ਜੀ, ਉਹਨਾਂ ਦਾ ਸਾਡੇ ਪਿੰਡ ਨਾਟਕ ਸੀਗੀ ਰਾਤ ਨੂੰ ਜੀ, ਅਤੇ ਮੈਂ ਤੋਤਲੀ ਆਵਾਜ਼ ਦੇ ਵਿੱਚ ਮਾਨਕ ਸਾਹਿਬ ਦਾ ਗੀਤ ਗਾਇਆ ਸੀ, ਮਾਂ ਹੁੰਦੀ ਹੋ ਮਾਂ ਦੁਨੀਆ ਵਾਲਿਓ। ਚਲੋ ਫਸਟ ਟਾਈਮ ਪਹਿਲਾਂ ਉਹ ਸੁਣਾਓ। ਲਓ ਜੀ ਜ਼ਰੂਰ। ਹੋ ਮਾਂ ਹੁੰਦੀ ਏ ਮਾਂ ਏ ਦੁਨੀਆ ਵਾਲਿਓ, ਹੋ ਮਾਂ ਹੈ ਠੰਡੜੀ ਛਾਵੇ ਦੁਨੀਆ ਵਾਲਿਓ, ਹੋ ਮਾਂ ਹੁੰਦੀ ਏ ਮਾਂ ਏ ਦੁਨੀਆ ਵਾਲਿਓ। ਹੋ ਮਾਂ ਦੀ ਪੂਜਾ ਰੱਬ ਦੀ ਪੂਜਾ, ਮਾਤਾ ਰੱਬ ਦਾ ਰੂਪ ਹੈ ਦੂਜਾ, ਹੋ ਮਾਂ ਹੈ ਰੱਬ ਦਾ ਨਾਂ ਏ ਦੁਨੀਆ ਵਾਲਿਓ, ਹੋ ਮਾਂ ਹੁੰਦੀ ਏ ਮਾਂ ਏ ਦੁਨੀਆ ਵਾਲਿਓ। ਨਦੀ ਫਿਰ ਸਕੂਲਿੰਗ ਕਿੱਥੋਂ ਕੀਤੀ ਅਤੇ ਸਕੂਲ ਸਮੇਂ ਵੀ ਤੁਸੀਂ ਗਾਉਂਦੇ ਰਹੇ ਹੋ ਜਾਂ ਕੋਈ ਕੰਪੀਟੀਸ਼ਨ ਵਗੈਰਾ ਲੜਨ ਦਾ ਤੁਹਾਨੂੰ ਮੌਕਾ ਮਿਲਿਆ ਹੋਵੇ? ਸਕੂਲ ਜੀ ਮੈਂ ਮੈਟ੍ਰਿਕ ਸਰਕਾਰੀ ਹਾਈ ਸਕੂਲ ਧੌਲਾ ਤੋਂ ਜੀ, ਅਤੇ ਪਲੱਸ ਟੂ ਮੈਂ ਸੀਨੀਅਰ ਸੈਕੰਡਰੀ ਸਕੂਲ ਪੱਖੋ ਕਲਾਂ ਤੋਂ ਜੀ। ਉਸ ਤੋਂ ਬਾਅਦ ਮੈਂ 1994 ਦੇ ਵਿੱਚ ਪੰਜਾਬ ਸਰਕਾਰ ਦਾ ਇੱਕ ਟੈਸਟ ਹੁੰਦਾ ਸੀ ETT ਦਾ ਟੈਸਟ ਜੀ, ਉਹ ਕਲੀਅਰ ਕੀਤਾ ਅਤੇ ETT ਕਰਕੇ ਮੈਂ ਸਹਿਯੋਗ ਦੇਖੋ ਵੀ ਮੇਰੀ ਮਾਂ ਮੈਨੂੰ ਲੰਗਰ ਪਾਣੀ ਬਣਾ ਕੇ ਭੇਜ ਦਿੰਦੀ, ਮੇਰਾ ਬੇਟਾ ਸੰਗਰੂਰ ਜਾਊਗਾ ਕੋਰਸ ਕਰਨ ਜੀ, ਅਤੇ ਮੈਂ ਹੰਡਾਏ ਤੋਂ ਬੱਸ ਤਪੇ ਨੂੰ ਫੜ ਲੈਣੀ ਜਾ ਕੇ ਚਵਾਰੇ ਦੇ ਵਿੱਚ ਰਿਆਜ਼ ਲੱਗ ਜਾਣਾ ਕਰਨ ਜੀ, ਅਤੇ ਕਿਸੇ ਕਾਰਨ ਕਰਕੇ ਬਸ ਮੈਂ ਡਿਊਟੀ ਜੁਆਇਨ ਨਹੀਂ ਕਰ ਸਕਿਆ ਜਿਹਦਾ ਖਮਿਆਜ਼ਾ ਅੱਜ ਤੱਕ ਭੁਗਤ ਰਹੇ ਹਾਂ ਜੀ। ਅਤੇ ਮਤਲਬ ਘਰਦੇ ਕਹਿੰਦੇ ਸੀ ਬਣ ਮਿੱਤਰਾ ਮਾਸਟਰ, ਪਰ ਤੂੰ ਮਾਸਟਰ ਬਣ ਬੱਚਿਆਂ ਨੂੰ ਪੜ੍ਹਾਉਣ ਵਾਲਾ, ਪਰ ਤੁਸੀਂ ਮਾਸਟਰ ਬਣ ਗਏ ਆਵਾਜ਼ ਦੇ। ਹਾਂਜੀ ਬਿਲਕੁਲ ਬਣ ਗਏ, ਬਿਲਕੁਲ। ਚਲੋ ਇਹ ਵੀ ਇੱਕ ਕਲਾ ਹੈ, ਇਹ ਵਾਹਿਗੁਰੂ ਸੱਚੇ ਪਾਤਸ਼ਾਹ ਦੀ ਇਹ ਵੀ ਇੱਕ ਆਪਾਂ ਕਹਿ ਲਈਏ ਕਿ ਬਖਸ਼ਿਸ਼ ਹੁੰਦੀ ਹੈ ਉਹ ਕਿਹੜੇ ਬੰਦੇ ਨੂੰ ਕਲਾਕਾਰ ਬਣਾਉਣ ਦਾ। ਅਤੇ ਸਭ ਤੋਂ ਪਹਿਲਾ ਗਾਣਾ ਰਿਕਾਰਡਿੰਗ ਤੁਹਾਡੀ ਕਿੰਨੇ ਗੀਤਾਂ ਦੀ ਹੋਈ ਹੈ ਅਤੇ ਪਹਿਲਾ ਗਾਣਾ ਤੁਹਾਡਾ ਕਿਹੜਾ ਰਿਕਾਰਡ ਹੋਇਆ ਸੀ? ਪਹਿਲਾ ਗਾਣਾ ਜੀ ਸਭ ਤੋਂ ਉਹ ਛੋਟਾ ਹੀ ਹੁੰਦਾ ਸੀ, ਮੈਂ ਅਤੇ ਮੇਰੀ ਭੂਆ ਦਾ ਬੇਟਾ ਹੁੰਦਾ ਸੀ ਮੱਖਣ ਲਾਲ ਜੀ, ਸਾਰੰਗ ਸਟੂਡੀਓ ਵਾਲੇ ਰਣਜੀਤ ਸਿੰਘ ਜੀ ਹੈਗੇ ਨਾ ਜੀ, ਉਹਨਾਂ ਨੇ ਧਨੌਲੇ ਛੋਟਾ ਜਿਹਾ ਸਟੂਡੀਓ ਹੁੰਦਾ ਸੀ ਉਹਨਾਂ ਦਾ ਜੀ,
ਉੱਥੇ ਸਾਡੀ ਛੋਟੇ ਹੁੰਦੇ ਸਭ ਤੋਂ ਪਹਿਲਾਂ ਰਿਕਾਰਡਿੰਗ ਕਰੀ ਸੀਗੀ, ਤਿੰਨ ਗੀਤ ਸਾਡੇ ਰਿਕਾਰਡਿੰਗ ਕਰੀ ਸੀ ਉਹਨਾਂ ਨੇ। ਉਸ ਤੋਂ ਬਾਅਦ ਫਿਰ 2001 ਦੇ ਵਿੱਚ ਆ ਕੇ ਮੈਂ ਇੱਕ ਦੁਗਾਣੇ ਦੀ ਕੈਸਟ ਵੀ ਕੱਢੀ, ਲਾਲ ਕਮਲ ਜੀ ਨੇ ਉਹਨਾਂ ਦਾ ਸੰਗੀਤ ਕੀਤਾ, ਇੱਕ ਸੋਲੋ ਕੈਸਟ ਕੱਢੀ। ਫਿਰ ਉਸ ਤੋਂ ਬਾਅਦ ਮੈਂ ਲੋਕ ਪੱਖੀ ਜਿਹੜੀਆਂ ਜਥੇਬੰਦੀਆਂ, ਕਿਉਂਕਿ ਮੇਰੇ ਪਿਤਾ ਜੀ ਦਾ ਉੱਧਰ ਰੁਝਾਨ ਸੀਗਾ ਅਤੇ ਮੈਨੂੰ ਵੀ ਥੋੜ੍ਹੀ ਜਦੋਂ ਮੈਂ ਸੁਚੇਤ ਹੋਇਆ ਅਤੇ ਕੁਛ ਬੰਦੇ ਨੇ ਮੈਨੂੰ ਗਾਈਡ ਕੀਤਾ ਵੀ ਤੈਨੂੰ ਇੱਦਾਂ ਦੀ ਗਾਇਕੀ ਵੱਲ ਆਉਣਾ ਚਾਹੀਦਾ, ਉਹ ਗਾਇਕੀ ਜਿਹੜੀ ਲੋਕਾਂ ਦੇ ਹੱਕ 'ਚ ਖੜਦੀ ਹੈ, ਕਿਸਾਨਾਂ ਮਜ਼ਦੂਰਾਂ ਦੀ ਗਾਇਕੀ ਹੈ, ਧੀਆਂ ਭੈਣਾਂ ਦੀ ਗਾਇਕੀ ਹੈ। ਫਿਰ ਮੈਂ ਉਸ ਵੱਲ ਮੁਤਾਬਕ ਹੋ ਗਿਆ। ਅੱਜ ਮੈਨੂੰ 15 ਦੇ ਕਰੀਬ ਹੋ ਗਏ ਮੈਂ ਪੰਜਾਬ ਦੀਆਂ ਜੋ ਅਗਾਂਹ ਵਧੂ ਜਥੇਬੰਦੀਆਂ, ਇਨਕਲਾਬੀ ਜਥੇਬੰਦੀਆਂ, ਉਹਨਾਂ ਦੇ ਨਾਲ ਗਾਉਣਾ। ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਤੁਹਾਡੇ ਫਾਦਰ ਸਾਹਿਬ ਬੜੀ ਕਿਰਪਾ ਸੱਚੇ ਪਾਤਸ਼ਾਹ ਦੀ, ਉਹਨਾਂ ਦੀ ਲੇਖਣੀ ਦੇ ਉੱਪਰ, ਉਹਨਾਂ ਦੀ ਆਵਾਜ਼ ਦੇ ਉੱਪਰ, ਉਹਨਾਂ ਦੇ ਅੰਦਾਜ਼ ਦਾ ਮੈਂ ਵੀ ਕਾਇਲ ਹਾਂ, ਅਤੇ ਉਹਨਾਂ ਦੇ ਕੋਈ ਲੋਕ ਪੱਖੀ ਸੰਗੀਤ ਆ ਜਿਹੜਾ ਮੈਨੂੰ ਬੜਾ ਟੁੰਬਦਾ, ਬੜਾ ਪਿਆਰਾ ਲੱਗਦਾ, ਉਹਦੇ ਵਿੱਚ ਕੋਈ ਉਹਨਾਂ ਦੀ ਰਚਨਾ ਤੁਹਾਡੀ ਆਪਣੀ ਜਵਾਨੀ ਸਾਡੇ ਨਾਲ ਸਾਂਝੀ ਕਰੋ ਜੀ। ਖੋਲਿਓ ਨਾ ਵਾਲ ਮੇਰੇ, ਬੰਨਿਓ ਨਾ ਚੂੜੀਆਂ, ਹੈ ਖੋਲਿਓ ਨਾ ਵਾਲ ਮੇਰੇ, ਬੰਨਿਓ ਨਾ ਚੂੜੀਆਂ, ਤੇ ਪੂੰਜਿਓ ਨਾ ਮਾਗਦਾ ਸੰਧੂਰ, ਪੂੰਜਿਓ ਨਾ ਮਾਗਦਾ ਸੰਧੂਰ। ਕਾਫੀ ਵਾਰ ਦੇਖਿਆ ਮੈਂ ਤੁਸੀਂ ਯੂਨੀਵਰਸਿਟੀ ਚ ਅਕਸਰ ਗਜ਼ਲ ਜ਼ਿਆਦਾ ਸੁਣਾਉਂਦੇ ਹੋ ਨਾ ਜਾ ਕੇ ਉੱਥੇ, ਅਤੇ ਉੱਥੇ ਜਾਣ ਦਾ ਸਬੱਬ ਕਿੱਦਾਂ ਬਣਦਾ, ਅਤੇ ਉੱਥੇ ਜਾ ਕੇ ਤੁਸੀਂ ਤੁਹਾਡੀ ਪਸੰਦੀਦਾ ਗਜ਼ਲ ਕਿਹੜੀ ਆ ਉਹ ਵੀ ਜ਼ਰੂਰ ਸਾਨੂੰ ਸਾਂਝੀ ਕਰੋ। ਮੈਨੂੰ ਪਿੱਛੇ ਜੇ ਨੈਸ਼ਨਲ ਸਕੂਲ ਆਫ ਡਰਾਮਾ ਜੀ ਦਿੱਲੀ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਪਿਛਲੇ ਸਾਲ ਜੀ, ਉਹਨਾਂ ਦਾ ਇੱਕ ਪਲੇ ਸੀਗਾ ਜੀ, ਅਤੇ ਉਹਦੇ 8 ਗੀਤਾਂ ਦਾ ਮੈਂ ਮਿਊਜ਼ਿਕ ਕਰ ਰਿਹਾ ਸੀ ਉਹਨਾਂ ਦਾ ਜੀ, ਅਤੇ ਉਸ ਤੋਂ ਬਾਅਦ ਇੱਕ ਹੋਰ ਪਲੇ ਸੀਗਾ ਅਵਤਾਰ ਪਾਸ ਜੀ ਦੀ ਸਮੁੱਚੀ ਕਾਵਿ ਰਚਨਾ ਦੇ ਉੱਪਰ, ਉਹਦਾ ਗੀਤ ਮੈਂ ਤੁਹਾਨੂੰ ਸੁਣਾਉਣ ਲੱਗਿਆ। ਹਨੇਰਿਆਂ ਨੂੰ ਕਹਿ ਦਿਓ ਚਾਨਣ ਬਗਾਵਤ ਕਰ ਰਿਹਾ, ਹਨੇਰਿਆਂ ਨੂੰ ਕਹਿ ਦਿਓ ਚਾਨਣ ਬਗਾਵਤ ਕਰ ਰਿਹਾ, ਧਰਤੀ ਨੇ ਪਾਈ ਬਾਤ ਅੱਜ, ਧਰਤੀ ਨੇ ਪਾਈ ਬਾਤ ਅੱਜ, ਧਰਤੀ ਨੇ ਪਾਈ ਬਾਤ ਅੱਜ, ਅੰਬਰ ਹੁੰਗਾਰਾ ਭਰ ਰਿਹਾ, ਹਨੇਰਿਆਂ ਨੂੰ ਕਹਿ ਦਿਓ ਚਾਨਣ ਬਗਾਵਤ ਕਰ ਰਿਹਾ। ਜ਼ਿੰਦਗੀ ਨੂੰ ਮਾਰਨ ਵਾਲਿਓ, ਮੁਰਦੇ ਸ਼ਿੰਗਾਰਨ ਵਾਲਿਓ, ਅੱਲਾਹੂ ਰਾਮ ਦੇ ਨਾਮ ਤੇ ਅੰਨੀ ਮਚਾਵਣ ਵਾਲਿਓ, ਆ ਕੇ ਅਸਾਡੇ ਤਾਕਰੇ ਤੇ ਹਰ ਤੁਹਾਡਾ ਹਰ ਰਿਹਾ, ਹਨੇਰਿਆਂ ਨੂੰ ਕਹਿ ਦਿਓ ਚਾਨਣ ਬਗਾਵਤ ਕਰ ਰਿਹਾ, ਹਨੇਰਿਆਂ ਨੂੰ ਕਹਿ ਦਿਓ ਚਾਨਣ ਬਗਾਵਤ ਕਰ ਰਿਹਾ। ਇਹ ਦੱਬੇ ਕੁਚਲੇ ਲੋਕਾਂ ਦੀ ਗੱਲ ਹੈ। ਆਪਾਂ ਗੱਲ ਕਰ ਰਹੇ ਸੀ ਤੁਹਾਡੀ ਗਾਇਕੀ ਦੀ, ਆਪਾਂ ਮਾਣ ਰਹੇ ਹਾਂ, ਸੁਣ ਰਹੇ ਹਾਂ ਤੁਹਾਨੂੰ ਵੇਖ ਰਹੇ ਹਾਂ, ਤੇ ਗਾਇਕੀ ਦੇ ਨਾਲ ਨਾਲ ਤੁਸੀਂ ਸੰਗੀਤਕਾਰ ਵੀ ਅੱਜ ਕੱਲ੍ਹ ਬਣੇ ਹੋਏ ਹੋ ਜੀ ਜੀ ਬਿਲਕੁਲ, ਤੇ ਸੰਗੀਤਕਾਰ ਦੇ ਤੌਰ ਤੇ ਤੁਸੀਂ ਹੁਣ ਤੱਕ ਕਿੰਨੇ ਗੀਤ ਕੀਤੇ ਆ, ਤੇ ਕਿਹੜੇ ਕਿਹੜੇ ਤੁਹਾਡੇ ਗੀਤ ਹੈ ਜਿਹੜੇ ਲੋਕ ਦਿਲਾਂ ਨੂੰ ਲੋਕ ਦਿਲਾਂ ਤੋਂ ਮੁਹੱਬਤ ਮਿਲੀ ਹੈ ਇਹਨਾਂ ਨੂੰ? ਕਈ ਬੇਸਿਕਲੀ ਤਾਂ ਮੈਂ ਕਾਫੀ ਟਾਈਮ ਦਾ ਸਟੂਡੀਓ 'ਚ ਜਾਂਦਾ ਜੀ, ਕਾਫੀ ਅੱਛੇ ਅੱਛੇ ਨਾਮਵਾਰ ਸੰਗੀਤਕਾਰਾਂ ਦੇ ਨਾਲ ਮੈਨੂੰ ਸੰਗਤ ਕਰਨ ਦਾ ਮੌਕਾ ਮਿਲਿਆ ਜੀ, ਕਾਫੀ ਗੀਤ ਕੀਤੇ ਆ, ਪਰ ਕਈ ਗੀਤਾਂ 'ਤੇ ਮੇਰਾ ਨਾਮ ਨਹੀਂ ਸੀਗਾ ਕਿਉਂਕਿ ਮੈਂ ਉਦੋਂ ਆਜ਼ਾਦ ਤੌਰ 'ਤੇ ਕੰਮ ਨਹੀਂ ਸੀ ਕਰਦਾ, ਕਿਸੇ ਦੇ ਅੰਡਰ ਕੰਮ ਕਰਦਾ ਸੀਗਾ। ਪਿਛਲੇ ਸਾਲ ਹੀ ਮੈਂ ਆਪਦਾ ਸਟੂਡੀਓ ਬਣਾਇਆ ਗਾ ਜੀ, ਅਤੇ ਹੁਣ ਤੱਕ ਮੈਂ 8-10 ਗੀਤ ਕਰੇ ਆ, ਜ਼ਿਆਦਾ ਨਹੀਂ ਕਰੇ ਕਿਉਂਕਿ ਮੈਂ ਗੀਤ ਬਣਾਉਣ ਵੇਲੇ ਉਹਦੀ ਵਾਇਲਡਿੰਗ ਦੇਖਦਾ ਵੀ ਇਹ ਗੀਤ ਪਬਲਿਕ ਦੇ ਵਿੱਚ ਜਾ ਕੇ ਕੀ ਮੈਸੇਜ ਦੇਊਗਾ ਜੀ। ਗੀਤਕਾਰ ਨੂੰ ਤਾਂ ਦਿਨ ਰਾਤ ਆਪਾਂ ਜਿੰਨੀ ਮਰਜ਼ੀ ਗੀਤ ਕਰੀਏ, ਪਰ ਮੈਂ ਕੋਈ ਮੈਸੇਜ ਵਾਲਾ ਗੀਤ ਜਿਹਦੇ ਵਿੱਚ ਕਿ ਮੇਰੇ ਦਿਲ ਨੂੰ ਸਕੂਨ ਆਵੇ ਜੀ, ਉਹੀ ਕਰਦਾ। 7 ਢਿੱਲੋਂ ਨੇ ਮੈਂ ਕਾਫੀ ਗੀਤ ਕਰੇ ਨੇ ਜੀ, ਅਤੇ ਇੱਕ ਹੋਰ ਹੁਣ ਕੱਲੀ ਮਿਕਸ ਹੋ ਕੇ ਆਇਆ ਸਾਡੇ ਕੋਲ ਗੀਤ, ਬਾਈ ਬਲਪ੍ਰੀਤ ਸਿੱਧੂ ਪੱਖੋ ਕਲਾਂ ਤੋਂ ਨੇ, ਮੇਰੇ ਬਹੁਤ ਪਿਆਰੇ ਮਿੱਤਰ ਨੇ, ਬਹੁਤ ਹੀ
ਵਧੀਆ ਕਬੀਲਦਾਰੀ ਵਾਲਾ ਗੀਤ ਉਹਨਾਂ ਦਾ ਜਲਦੀ ਅਸੀਂ ਰਿਲੀਜ਼ ਕਰ ਰਹੇ ਹਾਂ ਵੱਡੇ ਵੱਡੇ ਲੈਵਲ ਤੇ ਤੇ ਪਾਪਾ ਜੀ ਦੀ ਕਿੰਨੀ ਕੁ ਦੇਣਾ ਤੁਹਾਡੇ ਇਸ ਫੀਲਡ ਦੇ ਵਿੱਚ ਤੁਹਾਡੇ ਇਸ ਸਮੇਂ ਦੇ ਵਿੱਚ ਸਾਰਾ ਕੁਛ ਦੇਣ ਉਹਨਾਂ ਦੀ ਹੋਈ ਆ 1991 ਦੇ ਵਿੱਚ ਮੈਨੂੰ ਹਾਰਮੋਨੀਅਮ ਬਹੁਤ ਘੱਟ ਵਜਾਉਣਾ ਆਉਂਦਾ ਸੀਗਾ ਸਾਨੂੰ ਹਰਿਆਣਾ ਦੇ ਵਿੱਚ ਪਿੰਡਾਂ ਦੇ ਵਿੱਚ ਲਗਾਤਾਰ 2 ਮਹੀਨੇ ਪ੍ਰੋਗਰਾਮ ਕਰਨ ਦਾ ਮੌਕਾ ਮਿਲਿਆ ਅਤੇ ਸਾਡਾ ਪਾਪਾ ਜੀ ਨਾਲ ਜਿਹੜਾ ਸਰੰਗੀ ਵਾਲਾ ਸੀਗਾ ਸ਼ਾਜਲੀ ਤੋਂ ਉਹ ਨਾਲ ਜਾ ਨਹੀਂ ਸਕਿਆ ਅਤੇ ਪਾਪਾ ਨੇ ਮੇਰੇ ਹੱਥ 'ਚ ਹਾਰਮੋਨੀਅਮ ਫੜਾਤਾ ਕਹਿੰਦੇ ਥੋੜ੍ਹਾ ਬਹੁਤ ਵਜਾ ਲੈਣਾ ਤੂੰ ਚੱਲ ਅਤੇ ਇਹਨਾਂ ਨਾਲ ਸਟੇਜਾਂ ਬਹੁਤ ਕੀਤੀਆਂ ਮੈਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਕਿਉਂਕਿ ਹੁਣ ਸਟੇਜ 'ਤੇ ਖੜ ਕੇ ਨਹੀਂ ਆਮ ਤੌਰ 'ਤੇ ਲੱਤਾਂ ਲੱਗ ਜਾਂਦੀਆਂ ਕੰਮ ਹਰ ਇੱਕ ਇਨਸਾਨ ਦੀਆਂ ਪਰ ਮੈਨੂੰ ਬਹੁਤ ਜ਼ਿਆਦਾ ਫਾਇਦਾ ਹੋਇਆ ਕਿਉਂਕਿ ਮੈਂ ਛੋਟਾ ਹੁੰਦੇ ਇਹਨਾਂ ਦੇ ਨਾਲ ਸਟੇਜ ਦੀ ਸੰਗਤ ਕਰਨ ਲੱਗਿਆ ਹਾਰਮੋਨੀਅਮ ਵਜਾਉਣ ਲੱਗ ਗਿਆ ਜੇ ਮੈਂ ਇਹਨਾਂ ਦੇ ਨਾਲ ਸੰਗਤ ਕਰ ਨਾ ਕਰਦਾ ਤਾਂ ਹੋ ਸਕਦਾ ਮੈਨੂੰ ਹਾਰਮੋਨੀਅਮ ਅੱਜ ਨਾਮ ਵਜਾਉਣਾ ਦਾ ਅਤੇ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਗੁਰੂ ਜੀ ਦੀ ਕਿਰਪਾ ਦੇ ਨਾਲ ਮੈਂ ਹਾਰਮੋਨੀਅਮ ਗਿਟਾਰ ਮੈਂਡੋਲਿਨ ਪਿਆਨੋ ਅਤੇ ਸਾਰਾ ਸਟੂਡੀਓ ਦਾ ਜਿਹੜਾ ਵਰਕ ਮੈਂ ਆਪ ਕਰ ਲੈਂਦਾ ਸਾਰੇ ਇੰਸਟਰੂਮੈਂਟਸ ਤੁਸੀਂ ਆਪ ਵਜਾ ਲੈਂਦੇ ਬਿਲਕੁਲ ਬਿਲਕੁਲ ਸਾਰੇ ਤਾਂ ਨਹੀਂ ਕਹਿ ਸਕਦੇ ਕਾਫੀ ਸਾਜ ਨੇ ਪਰ ਮੇਨ ਮੇਰੀ 5 ਸਾਜਾਂ 'ਤੇ ਪਕੜ ਹੈਗੀ ਹੈ ਵਧੀਆ ਜਿਹੜਾ ਮੈਂ ਅੱਛੀ ਤਰ੍ਹਾਂ ਪਲੇ ਕਰ ਪੰਜਾਬੀ ਸੰਗੀਤ ਦੇ ਵਿੱਚ ਇਸਤੇਮਾਲ ਜੀ ਜੀ ਬਿਲਕੁਲ ਢੋਲਕ ਤਬਲਾ ਜੀ ਜੀ ਹਾਰਮੋਨੀਅਮ ਕੀਬੋਰਡ ਕੀਬੋਰਡ ਮੈਂਡੋਲਿਨ ਹੋ ਗਈ ਗਿਟਾਰ ਇਹ ਮੈਂ ਕਰ ਲੈਂਦਾ ਜੀ ਹਾਂਜੀ ਹਾਂਜੀ ਇਹ ਸਾਰੀਆਂ ਚੀਜ਼ਾਂ ਅਤੇ ਅੱਜ ਕੱਲ੍ਹ ਮੈਂ ਵੇਖਿਆ ਕਿ ਤੁਸੀਂ ਕਿਸਾਨੀ ਸੰਘਰਸ਼ ਦੇ ਨਾਲ ਜੁੜੇ ਹੋਏ ਹੋ ਜੀ ਜੀ ਆਪਣਾ ਪੂਰਾ ਯਤਨ ਆਪਣਾ ਪੂਰਾ ਸਾਥ ਆਪਣਾ ਪੂਰਾ ਸਹਿਯੋਗ ਆਪਣੀ ਆਵਾਜ਼ ਦੇ ਨਾਲ ਤੁਸੀਂ ਦੇ ਰਹੇ ਹੋ ਸੋ ਉੱਥੇ ਦੀਆਂ ਸਟੇਜਾਂ ਦੇ ਵਿੱਚ ਤੁਹਾਨੂੰ ਕਿੰਨੀ ਕੁ ਮੁਹੱਬਤ ਮਿਲਦੀ ਹੈ ਕਿੰਨਾ ਕੁ ਪਿਆਰ ਮਿਲਦਾ ਉਹਦੇ ਬਾਰੇ ਜ਼ਰੂਰ ਚਾਨਣਾ ਪਾਓ ਪੰਜਾਬ ਦੀ ਜਿਹੜੀ ਇਨਕਲਾਬੀ ਲਹਿਰ ਹੈ ਖੱਬੇ ਪੱਖੀ ਲਹਿਰ ਆ ਜੀ ਉਹਦੇ ਵੱਲੋਂ ਮੈਨੂੰ ਬਹੁਤ ਬਹੁਤ ਹੀ ਜ਼ਿਆਦਾ ਪਿਆਰ ਮਿਲਿਆ ਹੋਇਆ ਐਂ ਸਮਝ ਲਓ ਮੈਨੂੰ ਉਹ ਜਿਵੇਂ ਲਾਡਲਾ ਕੋਈ ਜਵਾਕ ਹੁੰਦਾ ਐਂ ਸਮਝਦੇ ਨੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਉੱਥੇ ਹਰ ਸਾਲ ਮੈਂ ਹਾਜ਼ਰੀ ਲਾ ਕੇ ਆਉਣਾ ਅਤੇ ਉੱਥੇ ਇੱਕ ਮੇਰਾ ਗੀਤ ਬੜਾ ਪਾਪੂਲਰ ਹੋਇਆ ਸੀਗਾ ਜਿਹਨੇ ਮੈਨੂੰ ਰੋਟੀ ਵੀ ਪਾਇਆ ਮੈਂ ਕਹਿ ਸਕਦਾ ਉਹਦੇ ਸਿਰ 'ਤੇ ਮੈਂ ਕਾਫੀ ਰੋਟੀ ਵੀ ਖਾਧੀ ਇੰਨੀ ਵੀ ਨਹੀਂ ਮੈਂ ਰੱਜ ਲਿਆ ਉਹਦੇ ਨਾਲ ਪਰ ਮੇਰੇ ਬੱਚਿਆਂ ਦੀ ਮੈਂ ਚੁੰਝੇ ਦੇ ਵਿੱਚ ਉਹ ਪਾਇਆ ਉਹ ਮੈਂ ਤੁਹਾਨੂੰ ਗੀਤ ਤੁਹਾਡੀ ਨਜ਼ਰ ਕਰਦਾ ਅਮੋਲਕ ਸਿੰਘ ਜੀ ਦਾ ਲਿਖਿਆ ਹੋਇਆ ਗੀਤ ਆ ਉਹ ਅਸੀਂ ਸਾਂਭਦੇ ਰਹੇ ਕੱਚ ਦਾ ਸਮਾਨ ਅਸੀਂ ਸਾਂਭਦੇ ਰਹੇ ਕੱਚ ਦਾ ਸਮਾਨ ਜ਼ਿੰਦਗੀ ਨੂੰ ਨਹੀਂ ਸਾਂਭਿਆ ਸਾਡੀ ਮਿੱਟੀ ਵਿੱਚ ਰੁਲ ਗਈਏ ਸ਼ਾਨ ਜ਼ਿੰਦਗੀ ਨੂੰ ਨਹੀਂ ਸਾਂਭਿਆ ਉਹ ਫਾਂਸੀ ਵਾਲੇ ਫੰਦੇ ਜਿਹੜੇ ਸਤਲੁਜ ਕੰਢੇ ਉਹ ਫਾਂਸੀ ਵਾਲੇ ਫੰਦੇ ਜਿਹੜੇ ਸਤਲੁਜ ਕੰਢੇ ਸਭ ਭੁੱਲ ਕੇ ਭੁਲਾ ਕੇ ਕਿਹੜੇ ਰਾਹੀਂ ਪੈ ਗਏ ਬੰਦੇ ਹੀਰੋ ਬਣ ਗਏ ਨੇ ਜ਼ੀਰੋ ਜ਼ੀਰੋ ਬਣ ਗਏ ਨੇ ਹੀਰੋ ਤਾਣੇ ਬੁਣਦੇ ਐ ਸਮੇਂ ਦੇ ਸ਼ੈਤਾਨ ਜ਼ਿੰਦਗੀ ਨੂੰ ਨਹੀਂ ਸਾਂਭਿਆ ਅਸੀਂ ਸਾਂਭਦੇ ਰਹੇ ਕੱਚ ਦਾ ਸਮਾਨ ਜ਼ਿੰਦਗੀ ਨੂੰ ਨਹੀਂ ਸਾਂਭਿਆ ਸੋ ਦੋਸਤੋ ਇਹ ਸਨ ਸਾਡੇ ਬਹੁਤ ਹੀ ਪਿਆਰੇ ਅਤੇ ਸਤਿਕਾਰੇ ਵੀਰ ਮੱਖ ਮਿੱਠੀ ਆਵਾਜ਼ ਦੇ ਮਾਲਕ ਨਵਦੀਪ ਧੌਲਾ ਜੀ ਸੋ ਇਹਨਾਂ ਨਾਲ ਗੱਲਬਾਤ ਕਰਕੇ ਬਹੁਤ ਚੰਗਾ ਲੱਗਿਆ ਅਤੇ ਤੁਹਾਡਾ ਥੈਂਕ ਯੂ ਤੁਸੀਂ ਸਾਨੂੰ ਆਪਣਾ ਕੀਮਤੀ ਸਮਾਂ ਸਾਡੇ ਨਾਲ ਸਾਂਝਾ ਕੀਤਾ ਸੋ ਤੁਹਾਡਾ ਬਹੁਤ ਬਹੁਤ ਸਪੈਸ਼ਲੀ ਧੰਨਵਾਦ ਸੋ ਹਾਜ਼ਰੀਨ ਅਗਲੇ ਕਿਸੇ ਹੋਰ ਸਤਿਕਾਰ ਸੱਜਣ ਦੇ ਨਾਲ ਫਿਰ ਮਿਲਾਂਗੇ ਉਸ ਤੋਂ ਪਹਿਲਾਂ ਗੁਜ਼ਾਰਿਸ਼ ਤੁਹਾਨੂੰ ਸਾਰਿਆਂ ਨੇ ਤੁਸੀਂ ਸਾਰਿਆਂ ਨੇ ਤੁਹਾਡਾ ਪਸੰਦੀਦਾ ਚੈਨਲ ਗ੍ਰੈਂਡ ਮੀਡੀਆ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਕਮੈਂਟ ਕਰਨਾ ਲਾਈਕ ਕਰਨਾ ਆਪਣਾ ਆਸ਼ੀਰਵਾਦ ਸਾਨੂੰ ਦੇਣਾ ਸੋ ਮਿਲਦੇ ਹਾਂ ਅਗਲੀ ਗ੍ਰੇਟ ਪਰਸਨੈਲਿਟੀ ਦੇ ਨਾਲ ਤਦ ਤੱਕ ਲਈ ਸਾਡੇ ਦੋਵਾਂ ਵੀਰਾਂ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਤਿਕਾਰ ਸਰ ਸਤਿ ਸ਼੍ਰੀ ਅਕਾਲ